ਅਨਾਸਿੱਧੂ ਦੇ ਕਾਰ ਲੋਕ ਕਹਉਂਦੇ ਨੇ ਤੇ ਕਹਿੰਦੇ ਨੇ ਕਿ ਗੁਗੂ ਗਿੱਲ ਨੇ ਇੱਕ ਏਜੰਟ ਦੀ ਮਸ਼ਹੂਰੀ ਕੀਤੀ ਸੀ ਤੇ ਅਸੀਂ ਉਸ ਏਜੰਟ ਨੂੰ ਕਾਫੀ ਪੈਸੇ ਦਿੱਤੇ ਨੇ ਪਰ ਸਾਡਾ ਕੰਮ ਨਹੀਂ ਬਣਿਆ ਤੇ ਹੁਣ ਜੋ ਆ ਉਹ ਸਾਡੇ ਪੈਸੇ ਵਾਪਸ ਨਹੀਂ ਦੇ ਰਿਹਾ ਜਿਸ ਵਾਰ ਪਾਨਾ ਸਿੱਧੂ ਨੇ ਏਜੰਟ ਦਾ ਨਾਮ ਲੈ ਕੇ ਗੁਗੂ ਗਿੱਲ ਨੂੰ ਕਿਹਾ ਕਿ ਜੇ ਇਹਨਾਂ ਦੇ ਪੈਸੇ ਵਾਪਸ ਨਾ ਹੋਏ ਤਾਂ ਅਸੀਂ ਜੋ ਆ ਗੁਗੂ ਗਿੱਲ ਤੇ ਕਰਦੇ ਬਾਹਰ ਵੀ ਤਰਨਾ ਲਾਵਾਂਗੇ ਤੇ ਉਥੇ ਦੋਸਤੋ ਇੱਕ ਏਜੰਟ ਨੇ ਪਾਨਾ ਸਿੱਧੂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਕਿਹਾ ਕਿ ਭਾਨੇ ਤੋਂ ਐਸਾ ਕਿਹੜਾ ਥਰਮੋਮੀਟਰ ਹੈ ਜਿਹੜਾ ਇਹ ਆਪਣੇ ਤੋਂ ਆਏ ਬੰਦੇ ਨੂੰ ਸੱਚ ਮੰਨ ਲੈਂਦਾ ਤੇ ਦੂ ਪਾਣਾ ਸਿੱਧੂ ਨਹੀਂ ਦੇ ਕੇ ਜਾਂਦਾ 에이ਜੰਟ ਨੇ ਕਿਹਾ ਕਿ ਮੈਂ ਮਾਨਤਾ ਕਿ ਇਸ ਕੰਮ ਚ ਵਾਦੂ ਠਾ ਗਏ 에이ਜੰਟ ਨੇ ਪਰ ਇਦਾਂ ਨਹੀਂ ਕਿ ਪਾਣਾ ਸਿੱਧੂ ਹਰ ਇੱਕ ਨੂੰ ਕਹੇਗਾ ਕਿ ਉਠਾ ਗਏ ਤੇ ਜੋ ਪਾਣਾ ਸਿੱਧੂ ਕਹਿੰਦਾ ਕਿ ਮੈਂ ਧਰਨਾ ਲਾਵਾਂਗਾ ਜੇ ਤੁਸੀਂ ਪੈਸੇ ਨਾ ਦਿੱਤੇ ਤਾਂ ਇਹ ਸਾਰਾ ਸਰ ਬਲੈਕਮੇਲ ਹੈ ਤੇ 에이ਜੰਟ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਾਣਾ ਸਿੱਧੂ ਸਾਰਾ ਸਰ ਬਲੈਕਮੇਲ ਕਰ ਰਹੀ ਹੈ ਤੇ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋ ਦੋਸਤੋ ਇਸ ਤੋਂ ਕੁਝ ਟਾਈਮ ਪਹਿਲਾਂ ਵੀ ਕਿਸੇ ਦੇ ਪੈਸੇ ਮੜਾਉਣ ਲਈ 에이ਜੰਟ ਦੇ ਨਾਲ ਪਾਣਾ ਸਿੱਧੂ ਦੀ ਤੂ ਤੂ ਮੈਂ ਮੈਂ ਹੋਈ ਸੀ ਤਾਂ ਉਸ ਤੋਂ ਬਾਅਦ ਪਾਣਾ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਸੀ ਜ ਇਹ ਕੋਣ ਸੱਚ ਲੱਗਦਾ ਕਿਸੇ ਦੇ ਪੈਸੇ ਮੜਾਉਣ ਵਾਲਾ ਪਾਨਾ ਸਿੱਧੂ ਜਾਂ ਇਮੀਗ੍ਰੇਸ਼ਨ ਏਜੰਟ ਜਿਹਦਾ ਪਾਨਾ ਸਿੱਧੂ ਨੇ ਜ਼ਿਕਰ ਕੀਤਾ ਕੀ ਵਿਚਾਰ ਨੇ ਤੁਹਾਡੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ